ਹਾਂਜੀ, ਸੋ ਵੈਲਕਮ ਬੈਕ ਔਨ ਅਵਰ ਯੂਟਿਊਬ ਚੈਨਲ ਫਤਿਹ ਬਲੌਗ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਚਾਹ ਦੀ ਲੰਗਰ ਦੀ ਤਿਆਰੀ ਹੋ ਚੁੱਕੀ ਹੈਗੀ, ਅਤੇ ਨਾਲ ਨੂੰ ਮਤਲਬ ਬਿਸਕਿਟ ਹੋਣਗੇ, ਲੱਡੂ ਹੋਣਗੇ ਪ੍ਰਸ਼ਾਦ ਦੇ ਤੌਰ 'ਤੇ। ਅਤੇ ਇਹ ਸਾਰੀ ਤਿਆਰੀ ਕਿਸ ਖੁਸ਼ੀ ਦੇ ਵਿੱਚ ਹੋ ਰਹੀ ਹੈ ਮੈਂ ਤੁਹਾਨੂੰ ਜਲਦੀ ਹੀ ਦੱਸਦੀ ਹਾਂ। ਇਹ ਹੈ ਹੋ ਰਹੀ ਹੈਗੀ ਮਤਲਬ ਕਿ ਜਦੋਂ ਨਾ ਸਾਡੇ ਮਤਲਬ ਗੋਬਿੰਦਗੜ੍ਹ ਸ਼ਹਿਰ ਹੈਗਾ ਜਿਹੜਾ, ਇਹ ਲੋਹੇ ਦੀ ਨਗਰੀ ਬਣਿਆ। ਮਤਲਬ ਲੋਹੇ ਦੀ ਨਗਰੀ ਕਿੱਦਾਂ ਬਣਿਆ, ਜਿਹੜੇ ਸਿੱਖਾਂ ਦੇ 6ਵੇਂ ਗੁਰੂ ਸੀ ਸ਼੍ਰੀ ਹਰਗੋਬਿੰਦ ਸਾਹਿਬ ਜੀ, ਤਾਂ ਉਹਨਾਂ ਨੇ ਮਤਲਬ ਇਸ ਸ਼ਹਿਰ ਨੂੰ, ਇਸ ਨਗਰੀ ਨੂੰ ਇਹ ਵਰ ਦਿੱਤਾ ਸੀ ਕਿ ਇਹ ਲੋਹੇ ਦੀ ਨਗਰੀ ਦੇ ਨਾਮ ਨਾਲ ਬੱਜਿਆ ਕਰੂਗੀ। ਅਤੇ ਤੁਸੀਂ ਅੱਜ ਮੌਜੂਦਾ ਟਾਈਮ ਦੇ ਵਿੱਚ ਦੇਖ ਹੀ ਰਹੇ ਹੋਗੇ ਕਿ ਇਸ ਸ਼ਹਿਰ ਨੂੰ, ਗੋਬਿੰਦਗੜ੍ਹ ਸ਼ਹਿਰ ਨੂੰ ਲੋਹੇ ਦੀ ਨਗਰੀ ਦੇ ਨਾਂ ਨਾਲ ਜਾਣਿਆ ਜਾਂਦਾ, ਕਿਉਂਕਿ ਉਹਨਾਂ ਨੇ ਇੱਥੇ ਆ ਕੇ ਨਾ ਮਤਲਬ ਆਪਣੇ ਸ਼ਸਤਰ ਬਣਵਾਏ ਸੀਗੇ ਅਤੇ ਇੱਥੇ ਉਹਨਾਂ ਨੇ ਮਤਲਬ 40 ਦਿਨ ਲਗਾਏ ਸੀਗੇ। ਅਤੇ ਉਹ 40 ਦਿਨਾਂ ਦੇ ਮਤਲਬ ਹੁਣ ਤੱਕ ਸਾਡੇ ਮਤਲਬ ਇੱਥੇ ਗੁਰੂ ਘਰ ਦੇ ਵਿੱਚ ਗੁਰਦੁਆਰਾ ਬਣਿਆ ਹੈ 6ਵੀਂ ਪਾਤਸ਼ਾਹੀ ਜੀ ਦੇ ਨਾਮ 'ਤੇ। ਅਤੇ ਉੱਥੇ 40 ਦਿਨ ਮਤਲਬ ਉਹਨਾਂ ਨੇ ਰਹੇ ਸੀ, ਅਤੇ 40 ਦੇ 40 ਦਿਨ ਇੱਥੇ ਮਤਲਬ ਦੀਵਾਨ ਹੁੰਦੇ ਨੇ, ਦੀਵਾਨ ਸੱਜਦੇ ਨੇਗੇ। ਅਤੇ ਜਿਹੜੀਆਂ ਬੀਬੀਆਂ ਨੇ ਆਪਣੇ ਪਿੰਡ ਦੀਆਂ, ਹੈ ਨਾ, ਮਤਲਬ ਉਹ ਕੀਰਤਨ ਕਰਨ ਆਉਂਦੀਆਂ ਨੇਗੇ ਪਿੰਡ 'ਚ, ਅਤੇ ਉਹ ਇੱਥੋਂ ਸੰਗਤ ਨੂੰ ਇਕੱਠਾ ਕਰਕੇ ਲੈ ਕੇ ਜਾਂਦੇ ਨੇ। ਅਤੇ ਅੱਜ ਪਹਿਲੇ ਦੀਵਾਨ ਦੀ ਤਿਆਰੀ ਹੈਗੀ। ਮੈਂ ਮਾਫੀ ਚਾਹੁੰਦੀ ਹਾਂ ਕਿ ਵਲੌਗ ਲੈ ਕੇ ਆਉਣ ਦੇ ਲਈ ਤੁਹਾਡੇ ਲਈ ਲੇਟ ਹੋ ਗਏ, ਸੋ ਹੁਣ ਆਪਾਂ ਵਲੌਗ ਦੀ ਕਰਦੇ ਹਾਂ ਸਟਾਰਟਿੰਗ। ਅਤੇ ਬੀਬੀਆਂ ਪਹੁੰਚ ਚੁੱਕੀਆਂ ਨੇ, ਠੀਕ ਹੈ ਜੀ, ਧਿਆਨ ਨਾਲ ਦੇਖਿਓ ਅਤੇ ਧਿਆਨ ਨਾਲ ਸ਼ਬਦ ਸੁਣਿਓ, ਸਾਰੇ ਜਣੇ ਸਪੋਰਟ ਕਰਿਓ ਅਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ, ਸ਼ੇਅਰ ਕਰ ਦਿਓ ਅਤੇ ਕਮੈਂਟ ਕਰਕੇ ਦੱਸਿਓ ਕਿ ਵਲੌਗ ਕਿਸ ਤਰ੍ਹਾਂ ਦਾ ਰਿਹਾ। ਅਤੇ ਠੀਕ ਹੈ ਜੀ, ਮਿਲਦੇ ਹਾਂ ਫਿਰ। ਕਾਕਾ ਸਾਵਾ ਦੀ ਕਾਕਾ ਤੇ ਆ ਜਾ ਜੱਟ ਨੀ ਦੇ ਹਾਂ ਕਾ
ਮਹਾਰਾਜ ਸਤਿ ਸ਼੍ਰੀ ਅਕਾਲ।
ਦੇਖੇ